ਕਿਉਂਕਿ ਉਹ ਕੀ ਦੁੱਧ ਦਾ ਸੜਿਆ ਲੱਸੀ ਵੀ ਫੂਕਾ ਮਾਰ ਮਾਰ ਪੀਂਦਾ ਹੈ ਇਹ ਸਾਨੂੰ ਮੰਨਣਾ ਪਏਗਾ ਕਿਸਾਨ ਭਾਈਚਾਰੇ ਨਾਲ ਬੜੀਆਂ ਠੱਗੀਆਂ ਠੋਰੀਆਂ ਹੋਈਆਂ ਨੇ ਸਵਾਮੀਨਾਥਨ ਕਮਿਸ਼ਨ ਲੈ ਲਓ ਡੀਜ਼ਲ ਪੈਟਰੋਲ ਲੈ ਲਓ ਬੜੀਆਂ ਠੱਗੀਆਂ ਠੋਰੀਆਂ ਹੋਈਆਂ ਨੇ ਇਸ ਕਰਕੇ ਮਨ ਨਹੀਂ ਟਿਕਦਾ ਜਿੱਦਣ ਮੰਡੀਕਰਨ ਸਿਸਟਮ ਖਤਮ ਹੋ ਗਿਆ ਤੇ ਵਪਾਰੀ ਦੇ ਰਹਿਮ ਤੇ ਹੋ ਜਾਂਦਾ ਜੋ ਕਰਨਾ ਪਿਆ ਜੋ ਕੁਰਬਾਨੀ ਦੇਣੀ ਪਈ ਇਹਦੀ ਖਾਤਰ ਅਕਾਲੀ ਦਲ ਸਾਰਿਆਂ ਤੋਂ ਬੂਰੇ ਹੋ ਕੇ ਦੇਗਾ ਕਦੇ ਵੀ ਐਮਐਸਪੀ ਜਿਹੜੀ ਖਰੀਦ ਹੈ ਖਾਸ ਕਰਕੇ ਝੋਨੇ ਤੇ ਕਣਕ ਦੀ ਉਹ ਬੰਦ ਨਹੀਂ ਹੋਣ ਦਿਆਂਗੇ ਸੋ ਇਹ ਆਰਡੀਨੈਂਸ ਨਾਲ ਜਿਹੜੀਆਂ ਫਸਲਾਂ ਐਮਐਸਪੀ ਤੇ ਨਹੀਂ ਵਿਕਦੀਆਂ ਗਵਰਨਮੈਂਟ ਨਹੀਂ ਖਰੀਦਦੀ ਜੀ ਉਹਦਾ ਪ੍ਰਾਈਵੇਟ ਬਾਇਰ ਤਿਆਰ ਹੋ ਜਾਏਗਾ ਜੇ ਸਟੇਟ ਸਬਜੈਕਟ ਕੋਲ ਰਹਿਣਗੇ ਪਾਵਰ ਤਾਂ ਅਸੀਂ ਡੈਡੀਕੇਟ ਕਰਕੇ ਅਗਲੇ ਵਪਾਰੀਆਂ ਨੂੰ ਦੱਸ ਸਕਾਂਗੇ ਭਾਈ ਸਾਡੇ ਬੰਦਿਆਂ ਦੇ ਪੈਸੇ ਦੋ ਮੈਂ ਜਵਾਬ ਲੈਣਾ ਸੈਂਟਰ ਕੋਲ ਅਧਿਕਾਰ ਚ ਲੈ ਕੇ ਮੈਂ ਜਵਾਬ ਲੈਣਾ ਕੰਮ ਸਾਥ ਕਾਂਗਰਸ ਨੂੰ ਔਰ ਉਹਦੇ ਹਮਾਇਤੀਆਂ ਨੂੰ ਗਰਾਊਂਡ ਨਹੀਂ ਲੱਭ ਰਿਹਾ ਇਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਗੁੰਮਰਾਹ ਕਰਕੇ ਇਹਦੇ ਇਸ ਪਾਸੇ ਤੁਰੇ ਆ